रहीम अस्सलाम वालेकुम, कैसे सब? अल्लाह के फजल करम और शुक्र के साथ सब ठीक होंगे। तो व्लॉग का करते हैं आगाज़। दोपहर का टाइम है, 12 बजे का टाइम है, मौसम भी बस ना कुछ। अनाया फातिमा, और थ्रेशर लगी हुई है, मशीन गंदम निकल रही है। तो बस मैं भाई जावेद को बजा के गोश्त लेके आए, तो जो मजदूर लेबर लगाई हुई है ना, उनके लिए खाना बनाना है। तो ये गुड़िया ना इतनी तंग कर रही मुझे, देर मेरा ऐसे कर रहा, मैं इसको ना अच्छे से फेंटीज की लगा लूँ। तो ये एक तो सो नहीं रही, दूसरा इतना ज़्यादा ये तंग कर अनाया, तो सो नहीं रही, काम इतने ज़्यादा है लेकिन ये सो ही नहीं रही। जली में झूले दे तो टांगे ये बाहर निकाल रही है, इतनी ख़राब है। तो अम्मी जी शायद आज इतनी लहसुन प्याज बना रही हैं। भाई जावेद स्टॉप पे गए हैं चिकन लेने, तो मैं बस लहसुन प्याज बना के हांडी ऊपर रखती हूँ। देखिए इसने ये टांगे ऐसे बाहर निकालती, फिर झूला दिया ही नहीं जाता। अभी देखिए मैं फेंटे लगा दूंगी, देखा नीचे करो पाओ सो जाओ। ये देखिए इसकी हरकत है, ना अब इसने सोना है और ना ही मुझे काम से करने काम करने देना। इसने करो पटाइया कर, नीचे करो पाओ, नीचे करो और सो जाओ। ये देखिए अरे पता तो फेंटी लगाऊंगी। लगाऊं फेंटी, ये देखिए इसका काम। थप्पड़ लगाऊंगी मैं, सो जाओ। सोचे ना मेरी जान, मेरी शहजादा से तो मेरे बेटे सो जाए। ऐसे नहीं करती ना मम्मा को, तंग नहीं करते मम्मा, कितने ज्यादा काम है। सो जाए मेरी गुड़िया सो जाए। नीचे करो, नीचे 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 नीचे, ऐसे काम। इतनी शरारती हो गई है, इसकी पटाइयाँ करूं या ना करूं बताएं जरा कमेंट सेक्शन में, करूं इसकी पटाइयाँ मैं? हैं? अच्छा जी, लहसुन प्याज बन गया, अभी ऐसे ने प्याज कट कर दिए। बस मैं उत्ते पानी रखा ही चूल्हे चाक उबाल के। मैं बस आटा गुन, हाँ जी मैं आटा गुन के ना ले लिया के बालन। हिरा सौ गई भाभी ने नड़ाई की, ये नहीं सुती ना के भी ना ही कुछ ना, कोई ना आग जला के तो पानी रख के गई थी ऊपर। तो हरी मिर्ची टमाटर प्याज डाल दी थी, पानी कुछ ज़्यादा ही नहीं है। अच्छा पानी निकाल लेती हूँ। तो ये लहसुन ना ये ना इस तरह को इनको ना बारीक कर लेती हूँ। बस सही है,
ਭੁੱਖ ਲੱਗੀ ਉਹਨਾਂ ਸਾਰਿਆਂ ਨੂੰ ਲੱਗੀ। 12 ਵੱਜ ਗਏ ਨੇ। ਮੈਂ ਬਸ ਆਟਾ ਗੁੰਨ ਕੇ ਬਾਹਰੋਂ ਲੈ ਕੇ ਨਹੀਂ ਬਾਲਣ ਮਿੱਥੇ ਛੱਪ ਤੇ ਪਤਾ ਨਹੀਂ ਅੰਦਰ ਹੀ ਪਏ। ਉਹ ਦਾਦੀ ਪੋਤੀ ਨੇ ਬਿਠਾ ਕੇ ਆਈ ਆ, ਪਰ ਉਹ ਕਿੱਥੇ ਪਤਾ ਨੀ ਕੀ ਮੁਸੀਬਤ ਹੈ। ਨਾ ਨਹੀਂ ਸੁੱਤੀ, ਹੁਣ ਚਲੀ ਚਪਾ ਕੇ ਤਾਂ ਬਾਂਬਾ ਲਾਈ, ਦਵਾਈ ਵੀ ਦਿੱਤੀ। ਚਲੋ ਭਾਬੀਆ ਤੇ ਮਸਾਲੇ ਪਾਣੇ ਅਜੇ ਕਿ ਨਹੀਂ? ਮਸਾਲੇ ਪਾ ਲਓ ਫਿਰ ਮੈਂ। ਪੇੜ ਪੁੱਟ ਕੇ ਲੈ ਗਏ ਸੀ ਇਹਦੇ ਤੋਂ, ਇਹ ਸਾਹਮਣੇ ਪੇੜ ਹਵਾ ਨੀ ਸੀ ਨਾ ਸਹੀ, ਤਾਂ ਕਰਕੇ ਤਾਂ ਹੀ ਤੇ ਫਿਰ ਮੈਂ ਧੋਂਦੀ ਨੀ ਵੀ ਫਰਸ਼ ਜਦੋਂ ਧੋਣਾ ਉਹਨਾਂ ਛੱਤਾਂ ਵੀ ਨਾਲ ਧੋਣੀਆਂ, ਤਾਂ ਅਜੇ ਸਾਰੇ ਹਮਸਾਇਆਂ ਦੀਆਂ ਨਿਕਲੀਆਂ ਤੇ ਫਿਰ ਇਹ ਕੱਟਾ ਖਤਮ ਹੋਣਾ ਹੈ। ਆਂਡੀ ਪਤਾ ਨੀ ਫਿਰ ਨੀਚੇ ਥੱਲਾ ਹੋਣਾ ਪਤਲਾ ਤਾਂ ਕਰਕੇ ਲੱਗਦਾ। ਬਾਕੀ ਹਾਂਡੀ ਬਣਾ ਰਹੀ ਹੈ ਮੈਂ, ਬਸ ਆਟਾ ਗੁੰਨ ਕੇ ਨਾ ਬੰਨਣ ਲੈ ਕੇ ਤੇ ਰੋਟੀਆਂ ਬਣਾ ਲਾ ਕੇ ਫਿਰ ਦਾਲਚੀਨੀ ਲਾਦਾ। ਬੜੀ ਦਾਲਚੀਨੀ ਖਤਮ ਹੋ ਗਈ ਨੇ, ਬਸ ਆ ਹੀ ਪੈਕਟ ਨੇ ਇਹਨਾਂ ਦੇ ਵਿੱਚ ਹੀ ਗਏ ਜੋ ਕੁਛ ਵੀ ਗਏ। ਮੈਂ ਲਾਦਾ ਮੰਗਵਾ ਦੂੰਗੀ, ਪਰ ਲਾਦਾ ਹੁਣ ਕਿਤੇ ਬਾਲਟੀ ਵਿੱਚ ਹੋਣ ਦੇ ਮੈਨੂੰ ਯਾਦ ਨਹੀਂ। ਜ਼ੀਰਾ ਮਸਾਲਾ ਆਹ ਪਏ ਮੇਥੀ ਉਧਰ ਬੈਠੇ ਹੋਏ, ਮੈਂ ਭਾਵੇਂ ਮੇਥੀ ਪੁੱਛਦੀ ਸੀ, ਮੈਂ ਕਿਹਾ ਉਹਨੂੰ ਨਹੀਂ ਲੱਗੇ, ਮੈਂ ਤਾਂ ਇੱਥੇ ਵੇਖ ਲੈਣੀ ਸੀ, ਇੱਥੇ ਪਈ ਸੀ ਕਿਚਨ 'ਚ। ਹਾਂਜੀ ਭਾਵੇਂ ਐਸੇ ਐਸੇ ਬਾਜੀ ਸਮੈਰਾਂ ਡੰਡੀਆਂ ਬਥੇਰੀਆਂ ਕਰ ਕਰਕੇ ਨਾ। ਹਾਂਜੀ ਵੈਸੇ ਜਿਹੜੇ ਡੱਬਿਆਂ ਜਿਹੜੇ ਬੰਦ ਮਿਲਦੀ ਆ ਨਾ ਉਹਨਾਂ ਨਾਲ ਘਰ ਦੀ ਖੁਸ਼ਬੂ ਨੀ ਹੈ। ਖਤਮ ਹੋਈ ਹਾਂਜੀ, ਉਦਣ ਵੀ ਤੇਜ਼ ਹੋ ਗਈ ਸੀ, ਬਸ 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 ਉਦਣ ਵੀ ਤੇਜ਼ ਹੋ ਗਈ ਸੀ। ਹਾਂਜੀ ਘੀ ਵੀ ਪਾਇਆ ਹੋਇਆ ਪਹਿਲੇ ਪਾ ਲਿਆ ਸੀ, ਅੱਛੀ ਤਰ੍ਹਾਂ ਬਣਾਈ ਕਰਦੇ ਹਾਂ।
ਹਾਂਜੀ ਅਤੇ ਮੈਂ ਬਸ ਆਪਣਾ ਆਟਾ ਗੋਲਾ ਵਰਤਾ ਵਰਤਾ ਹਾਂਜੀ ਕਲੇਜੀ ਜਿਹੜੀਆਂ ਨਾ ਇਹ ਦੋਵੇਂ ਵਿੱਚੋਂ ਕੱਢ ਲਿਆ ਜੀ ਹਾਂਜੀ ਅਤੇ ਮੈਂ ਬਸ ਆਟਾ ਗੋਲਿਆ ਬਲਣ ਮੈਂ ਲੈਣਾ ਹਾਂਜੀ ਬਸ ਕਣਕ ਉਹਨਾਂ ਦੀ ਨਿਕਲ ਚੱਲੀ ਸ਼ੁਕਰ ਹੈ ਨਾ ਬਸ ਮਸ ਹੋ ਗਈ ਅੱਛਾ ਜੀ ਬਣਾਈ ਅੱਛੇ ਸੁਹਾ ਗਈ ਪਾਣੀ ਡਾਲ ਦਿੱਤੇ ਗੰਦਮ ਉਹਨਾਂ ਦੀ ਨਿਕਲ ਗਈ ਬਸ ਉਹਨਾਂ ਤਿਆਰ ਕੇ ਆਉਂਦਿਆਂ ਕਿਹਾ ਰੋਟੀ 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 ਪੱਕ ਕੇ ਇੰਨਾ ਕੁ ਪਾਣੀ ਰਹਿ ਜਾਏ ਹੋਰ ਕਰੋ ਪੱਗਾਂ ਮੈਂ ਲੈ ਕੇ ਮਿੱਠਾ ਪਾਣੀ ਨਾ ਕਰਕੇ ਜਿੱਥੇ ਨਹੀਂ ਬੈਠੇ ਨਾ ਉਹ ਮੈਂ ਪੀਸ ਕੇ ਤੋ ਡਾਲ ਦੇਗੇ ਬਸ ਪਾਣੀ ਕੋ ਬੋਇਲ ਕਰਨਾ ਸ਼ੁਰੂ ਹੋ ਗਿਆ ਅੱਛੇ ਸੇ ਨਾ ਪਾਣੀ ਕੋ ਪੱਕਣੇ ਦੇਗੇ ਹੁਣ ਫਿਰ ਵੀ ਉੱਠ ਗਈਗੇ ਔਰ ਨਾ ਫਤਮਾ ਕੋ ਮੀਜੇ ਵੀ ਜੁੜੇ ਦੇ ਰਹੀ ਹਾਂ ਤਾਂ ਬਸ ਮੈਂ ਭਾਵੇਂ ਅਸੀਂ ਫਟਾਫਟ ਸੇ ਰੋਟੀਆਂ ਬਣਾ ਲਿੱਤੀਆਂ ਆਇਆ ਕੰਧੋਂ ਨਿਕਲ ਗਈ ਹੈ ਤੋ ਆਵਾਜ਼ ਕਰ ਰਹੀ ਕਿ ਮੇਰੀ ਨਾ ਇੱਕ ਦਫ਼ਾ ਗਾਏ ਕੋ ਦੇਖ ਕੇ ਆਓ ਗਾਏ ਹਮਾਰੀ ਪ੍ਰੈਗਨੈਂਟ ਹੈ ਮਾਸ਼ਾਅੱਲਾ ਤੋ ਕਹਿ ਰਹੇ ਤੇ ਕਿ ਗੰਦਮ ਦੇਖ ਕੇ ਆਓ ਔਰ ਵਹਾਂ ਪੇ ਨਾ ਇਹ ਨਾ ਹੋ ਕੇ ਕੋਈ ਉਠਾ ਕੇ ਲੈ ਜਾਏ ਸਾਰੇ ਘਰ ਆ ਗਏ ਗੰਦਮ ਹਮਾਰੀ ਨਿਕਲ ਗਈ ਹੈ ਤੋ ਮੈਂ ਦੇਖਣੇ ਜਾ ਰਹੀ ਸੀ ਗਾਏ ਕੋ ਧੁੱਪ ਬਹੁਤ ਜ਼ਿਆਦਾ ਅੱਜ ਵੀ ਅਬ ਖਾਣਾ ਖਾਇਆ ਦੋ ਬਚ ਚੁੱਕੇ ਹੈ ਤਾਂ ਫਿਰ ਜੇ ਸਾਹਮਣੇ ਵਾਲੀ ਹੈ ਨਾ ਇਹ ਨਿਕਾਲਨੀ ਹੈ ਜਨਮ ਤਮਾਸ਼ਲ ਸੇ ਬੈਠੇ ਹੋਏ ਸਭ ਸੇ ਜ਼ਿਆਦਾ ਬਾਸ ਕੋ ਆਪਣੇ ਜਾਨਵਰ ਪਿਆਰੇ ਇਹ ਤਰਫ ਉਹ ਵੀ ਠੀਕ ਹੈ ਅਗਰ ਰੱਖੇ ਹੋਏ ਤਾਂ ਉਨਕੀ ਕੇਅਰ ਕਰਨਾ ਵੀ ਜ਼ਰੂਰੀ ਹੈ ਨਾ ਤਾਂ ਅਭੀ ਮੈਂ ਧੋਨੀ ਹੈ ਅਤੇ ਮੈਨੂੰ ਕਿਹਾ 10 ਮਿੰਟ ਨਾ ਆਰਾਮ ਕਰ ਲਏ ਤਾਂ ਫਿਰ ਉਸਕੇ ਬਾਅਦ 2:15 ਬਜ ਚੁੱਕੇ ਹੈ ਉਸਕੇ ਬਾਅਦ ਜੋ ਹੈ ਬਰਤਨ ਧੋਗੀ ਕਾਮ ਤੋਂ ਖਤਮ ਨਹੀਂ ਹੋਣੇ ਥੋੜ੍ਹੀ ਦੇਰ ਬੰਦਾ ਆਰਾਮ ਵੀ ਤਾਂ ਜ਼ਰੂਰੀ ਹੈ ਨਾ ਸਾਰਾ ਦਿਨ ਚੱਲ ਚੱਲ ਕੇ ਥੱਕ ਜਾਤਾ ਹੈ ਸਭ ਮੈਂ ਅਕੇਲੀ ਨਹੀਂ ਸਭ ਹੀ ਥੱਕ ਜਾਤੇ ਹੈ ਕਿਉਂਕਿ ਇਹ ਮੌਸਮ ਜੋ ਹੈ ਨਾ ਹੈ ਹੀ ਐਸਾ ਫਸਲ ਉਠਾਉਣੇ ਵਾਲਾ ਮੌਸਮ ਹੈ ਗੰਦਮ ਵਗੈਰਾ ਜੋ ਹੈ ਨਿਕਾਲਣੇ ਵਾਲਾ ਮੌਸਮ ਹੈ